ਕੈਨੇਡਾ ਦੀ 에어ਲਾਈਨ 에어 ਕੈਨੇਡਾ ਦੇ ਵੱਲੋਂ ਵੱਡੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਇਹ ਜਾਣਕਾਰੀ ਹੈ ਫਲਾਈਟਾਂ ਨੂੰ ਸ਼ੁਰੂ ਕਰਨ ਦੇ ਬਾਰੇ ਮਤਲਬ ਇਹ ਕਿ 에어 ਕੈਨੇਡਾ ਦੇ ਵੱਲੋਂ ਇੰਟਰਨੈਸ਼ਨਲ ਫਲਾਈਟਸ ਦੇ ਸ਼ਡਿਊਲ ਜਾਰੀ ਕੀਤੇ ਗਏ ਹਨ ਪਰ ਉਸ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦੇਈਏ ਕਿ ਕੈਨੇਡਾ ਸਰਕਾਰ ਦੇ ਵੱਲੋਂ ਟਰੈਵਲਰ ਰਿਸਟ੍ਰਿਕਸ਼ਨ ਦੇ ਵਿੱਚ ਫੁੱਲੀ ਵੈਕਸੀਨੇਟਡ ਟਰੈਵਲਰਜ਼ ਲਈ ਢਿੱਲ ਦੇਣ ਦੇ ਪਹਿਲੇ ਪੜਾ ਦੀ ਸ਼ੁਰੂਆਤ 5 ਜੁਲਾਈ ਤੋਂ ਕੀਤੀ ਜਾ ਚੁੱਕੀ ਹੈ ਜਿਸ ਦੇ ਤਹਿਤ ਮੰਡੇਟਰੀ ਹੋਟਲ ਕੁਆਰੰਟਾਈਨ ਅਤੇ 8ਵੇਂ ਦਿਨ ਹੋਣ ਵਾਲੇ ਕੋਵਿਡ-19 ਟੈਸਟ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਇਸ ਤੋਂ ਬਾਅਦ 6 ਜੁਲਾਈ ਨੂੰ 에어 ਕੈਨੇਡਾ ਦੇ ਵੱਲੋਂ ਇੰਟਰਨੈਸ਼ਨਲ ਫਲਾਈਟ ਸ਼ਡਿਊਲ ਦੇ ਬਾਰੇ ਜਾਣਕਾਰੀ ਜਾਰੀ ਕੀਤੀ ਗਈ ਹੈ ਅਤੇ 에어 ਕੈਨੇਡਾ ਦੇ ਇੰਟਰਨੈਸ਼ਨਲ ਫਲਾਈਟ ਸ਼ਡਿਊਲ ਦੇ ਵਿੱਚ ਹਫ਼ਤੇ ਦੇ ਵਿੱਚ 4 ਫਲਾਈਟਸ ਕੈਲਗਰੀ ਤੋਂ ਫਲੈਂਕਫਰਟ ਦੇ ਲਈ ਚਲਾਈਆਂ ਜਾਣਗੀਆਂ ਜ ਜੀ ਦੀ ਸ਼ੁਰੂਆਤ ਅਗਸਤ 1 ਤੋਂ ਹੋਵੇਗੀ ਅਤੇ ਹਫ਼ਤੇ ਦੇ ਵਿੱਚ 3 ਫਲਾਈਟਸ ਟ੍ਰਾਂਟੋ ਤੋਂ ਵਿਆਨਾ ਦੇ ਲਈ ਜ ਜੀ ਦੀ ਸ਼ੁਰੂਆਤ 21 ਜੁਲਾਈ ਤੋਂ ਹੋਵੇਗੀ ਅਤੇ ਟ੍ਰਾਂਟੋ ਤੋਂ ਡਬਲਿਨ ਦੇ ਲਈ 3 ਵੀਕਲੀ ਫਲਾਈਟਸ ਜ ਜੀ ਦੀ ਸ਼ੁਰੂਆਤ 1 ਅਗਸਤ ਹੋਵੇਗੀ ਇੱਕ ਵੀਕ ਦੇ ਵਿੱਚ ਟ੍ਰਾਂਟੋ ਤੋਂ ਪੈਰਿਸ ਦੇ ਲਈ ਪੰਜ ਫਲਾਈਟਸ ਜਿਸ ਦੀ ਸ਼ੁਰੂਆਤ 2 ਅਗਸਤ ਤੋਂ ਹੋਵੇਗੀ ਅਤੇ ਇਸ ਹਫਤੇ ਦੇ ਵਿੱਚ ਚਾਰ ਫਲਾਈਟਸ ਟ੍ਰਾਂਟੋ ਤੋਂ ਜਿਊਰਿਚ ਦੇ ਲਈ ਜਿਸ ਦੀ ਸ਼ੁਰੂਆਤ ਅਗਸਤ 3 ਤੋਂ ਹੋਵੇਗੀ। ਮੌਂਟਰੀਅਲ ਤੋਂ ਜਿਨਾਵਾ ਦੇ ਲਈ ਹਫਤੇ ਦੇ ਵਿੱਚ ਤਿੰਨ ਫਲਾਈਟ ਸ਼ੁਰੂ ਹੋਣਗੀਆਂ ਜਿਦੀ ਸ਼ੁਰੂਆਤ 22 ਜੁਲਾਈ ਤੋਂ ਹੋਵੇਗੀ ਅਤੇ ਮੌਂਟਰੀਅਲ ਤੋਂ ਟੈਲ ਅਵੀਵ ਦੇ ਲਈ ਹਫਤੇ ਦੇ ਵਿੱਚ ਦੋ ਫਲਾਈਟਸ ਜਿਸ ਦੀ ਸ਼ੁਰੂਆਤ 1 ਅਗਸਤ ਹੋਵੇਗੀ। ਮੋਂਟਰੀਅਲ ਤੋਂ ਲੰਡਨ ਦੇ ਲਈ ਹਫਤੇ ਦੇ ਵਿੱਚ 4 ਫਲਾਈਟਸ ਹੋਣਗੀਆਂ ਜਿਸ ਦੀ ਸ਼ੁਰੂਆਤ 3 ਅਗਸਤ ਤੋਂ ਹੋਵੇਗੀ ਅਤੇ ਜਿਨ੍ਹਾਂ ਫਲਾਈਟਸ ਨੂੰ ਰੀਜ਼ਿਊਮ ਕਰਨ ਦੇ ਬਾਰੇ ਜਾਣਕਾਰੀ ਇਹ ਰਿਕਨਡਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਉਸ ਦੇ ਵਿੱਚ ਟੋਰਾਂਟੋ ਤੋਂ ਐਥਨਸ ਦੇ ਲਈ ਹਫਤੇ ਦੇ ਵਿੱਚ 5 ਫਲਾਈਟਸ ਹੋਣਗੀਆਂ ਜਿਸ ਦੀ ਸ਼ੁਰੂਆਤ ਅਗਸਤ ਮਹੀਨੇ ਦੌਰਾਨ ਹੋਵੇਗੀ ਅਤੇ 3 ਵੀਕਲੀ ਫਲਾਈਟਸ ਟੋਰਾਂਟੋ ਤੋਂ ਦੁਬਈ ਟੋਰਾਂਟੋ ਤੋਂ ਰੋਮ ਦੇ ਲਈ ਹਫਤੇ ਦੇ ਵਿੱਚ 4 ਫਲਾਈਟਸ ਟੋਰਾਂਟੋ ਤੋਂ ਲਿਸਬਨ ਦੇ ਲਈ ਹਫਤੇ ਦੇ ਵਿੱਚ 3 ਫਲਾਈਟਸ ਮੌਂਟਰੀਅਲ ਤੋਂ ਐਥਨਸ ਦੇ ਲਈ ਹਫਤੇ ਦੇ ਵਿੱਚ 5 ਫਲਾਈਟਸ ਹਨ ਜਿਸ ਦੀ ਸ਼ੁਰੂਆਤ ਅਗਸਤ ਦੇ ਵਿੱਚ ਹੋਵੇਗੀ। ਮੌਂਟਰੀਅਲ ਤੋਂ ਕੈਸਬਲੈਂਕਾ ਦੇ ਲਈ ਹਫਤੇ ਦੇ ਵਿੱਚ 5 ਫਲਾਈਟਸ ਹਨ। ਮੌਂਟਰੀਅਲ ਤੋਂ ਰੋਮ ਦੇ ਲਈ ਹਫਤੇ ਦੇ ਵਿੱਚ 3 ਫਲਾਈਟਸ ਹਨ। ਵੈਨਕੂਵਰ ਤੋਂ ਲੰਡਨ ਦੇ ਲਈ ਡੇਲੀ ਫਲਾਈਟ ਚਲਾਈ ਜਾ ਸਕਦੀ ਹੈ ਜਿਸ ਦੀ ਸ਼ੁਰੂਆਤ ਅਗਸਤ ਵਿੱਚ ਹੋਵੇਗੀ। ਅਤੇ ਤੁਸੀਂ ਇਹ ਕੈਨੇਡਾ ਦੇ ਵੱਲੋਂ ਜੋ ਫਲਾਈਟਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ। ਬਿਊਰ ਰਿਪੋਰਟ ਖਬਰ ਪੰਜਾਬੀ।